ਵਾਇਸ ਆਫ ਇੰਡੀਆ ਦੇ ਨਵ ਗੂੰਜਾ ਸਿੱਖ ਸਿਆਸਤ ਦੀਆਂ ਸਾਡੇ ਨਾਲ ਮੌਜੂਦ ਨੇ ਗੁਰਪ੍ਰੀਤ ਸਿੰਘ ਖੰਨਾ ਜੀ ਮਾਲਵੀ ਨਗਰ ਤੋਂ ਤੇ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲੇ ਕਰਦੇ ਫਤਿਹ ਜੀ ਸਾਂਝ ਭਾਈ ਜੀ ਖਾਲਸਾ ਭਾਈ ਜੀ ਫਤਿਹ ਸਿੰਘ ਸਾਹਿਬ ਸਵਾਗਤ ਤੁਹਾਡਾ ਪ੍ਰੋਗਰਾਮ ਦੇ ਅੰਦਰ ਸਿੰਘ ਸਾਹਿਬ ਬੜਾ ਸਿੰਪਲ ਜਿਹਾ ਸਵਾਲ ਸੇਵਾ ਕਰਦੇ ਹੋ ਕਿ ਸਿਆਸਤ ਕਰਦੇ ਹੋ ਪਹਿਲਾਂ ਤਾਂ ਸਮੁੱਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਅ ਜੀ ਮੈਂ ਜਿੱਦਾਂ ਹੁਣੇ ਤੁਸੀਂ ਗੱਲ ਕਰ ਰਹੇ ਹੋ ਉਹਦਾ ਇੱਕ ਤਾਂ ਸਿੰਪਲ ਜਿਹਾ ਛੋਟਾ ਜਿਹਾ ਜਵਾਬ ਹੈ ਜਦ ਅਸੀਂ ਗੱਲ ਕਰਦੇ ਹਾਂ ਕਿ ਸਾਡਾ ਰਾਜਨੀਤੀ ਦੇ ਵਰਡ ਇੱਕ ਯੂਜ਼ ਹੁੰਦਾ ਦੇਖੋ ਜਿਸ ਜਗ੍ਹਾ ਦੇ ਉੱਤੇ ਰਾਜ ਹੈ ਉੱਥੇ ਨੀਤੀ ਦੀ ਵੀ ਲੋੜ ਹੈ ਜਦ ਕੋਈ ਅਗਰ ਮੈਂ ਕੋਈ ਚੀਜ਼ ਇੰਪਲੀਮੈਂਟ ਕਰਨਾ ਚਾਹੁੰਦਾ ਉਹਦੇ ਵਾਸਤੇ ਇੱਕ ਪਲੈਟਫਾਰਮ ਦੀ ਲੋੜ ਹੈ ਉਹਦੇ ਵਾਸਤੇ ਇੱਕ ਦਿਸ਼ਾ ਨਿਰਦੇਸ਼ ਦੀ ਲੋੜ ਹੈ ਅਗਰ ਉਹ ਦਿਸ਼ਾ ਨਿਰਦੇਸ਼ ਨਹੀਂ ਹੋਣਗੇ ਤਾਂ ਮੈਂ ਸਮਝਦਾ ਕਿ ਮੈਂ ਆਪਣੀ ਮੰਜ਼ਿਲ ਤੋਂ ਭਟਕ ਜਾਵਾਂਗਾ ਔਰ ਸਾਹਮਣੇ ਵਾਲੇ ਦੀ ਟੈਨਸ਼ਨ ਨਹੀਂ ਲਓ ਤੁਸੀਂ ਦੇਖੋ ਤੁਸੀਂ ਆਪਣਾ ਕੁਝ ਕਰਨਾ ਹੈ ਤਾਂ ਤੁਸੀਂ ਆ ਬਿਕੋਜ਼ ਤੁਹਾਡੇ ਜਿਹੜੇ ਆਪਣੇ ਮਾਇੰਡ ਦੇ ਅੰਦਰ ਥੋਟ ਹੈ ਦੈਟ ਸ਼ੁੱਡ ਬੀ ਕਲੀਅਰ ਕਿ ਮੈਂ ਕਰਨਾ ਕੀ ਚਾਹੁੰਦਾ ਔਰ ਮੇਰਾ ਮਕਸਦ ਕੀ ਹੈ ਸਾਹਮਣੇ ਵਾਲਾ ਹੋ ਸਕਦਾ ਅੱਜ ਨਾ ਸਮਝੇ ਲੇਕਿਨ ਮੈਂ ਸਮਝਦਾ ਕਿ ਅਗਰ ਤੁਹਾਡੀ ਸੱਚੀ ਸੋਚ ਹੈ ਔਰ ਤੁਸੀਂ ਅਗਰ ਬਿਲਕੁਲ ਆਪਣਾ ਰੋਡ ਮੈਪ ਤੁਹਾਡਾ ਕਲੀਅਰ ਹੈ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਸਾਹਮਣੇ ਵਾਲੇ ਨੂੰ ਵੀ ਇਹ ਕਨਵਿੰਸ ਕਰ ਪਾਓਗੇ ਕਿ ਹਾਂ ਯਾਰ ਇਹ ਬੰਦਾ ਠੀਕ ਰਾਹ ਦੇ ਉੱਤੇ ਚੱਲ ਰਿਹਾ ਸੀ ਮੈਂ ਸਮਝਦਾ ਕਿ ਸਿੱਖ ਕੌਮ ਦੇ ਵਿੱਚ ਰਾਜਨੀਤੀ ਦਾ ਸਤਰ ਬਹੁਤ ਥੱਲੇ ਲੈਵਲ ਦੇ ਉੱਤੇ ਹੈਗਾ ਇੰਨਾ ਨਹੀਂ ਹੈ ਬਟ ਦਿਖਾਉਣ ਨੂੰ ਜਾਂ ਕਈ ਜਿਹੜੇ ਨੇ ਲੋਕਾਂ ਨੂੰ ਸਿਰਫ ਬਹਿ ਕੇ ਇੱਕੋ ਗੱਲ ਕਹਿਣੀ ਹੁੰਦੀ ਹੈ ਰਾਜਨੀਤੀ ਕਰ ਰਿਹਾ ਰਾਜਨੀਤੀ ਕਰ ਰਿਹਾ ਰਾਜਨੀਤੀ ਕਰ ਰਿਹਾ ਮੈਂ ਛੋਟਾ ਜਿਹਾ ਉਹਦਾ ਇਗਜ਼ਾਮਪਲ ਦਿੰਦਾ ਮੈਂ ਹੁਣ ਵਾਰਡ ਨੰਬਰ 37 ਮਾਲਵੇ ਨਗਰ ਮੈਂ ਰਹਿੰਦਾ ਮੇਰੇ ਫਾਦਰ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰ ਰਹੇ ਨੇ ਹੁਣ ਤਕਰੀਬਨ 13 ਸਾਲ ਉਹਨਾਂ ਸੇਵਾ ਸੰਭਾਲ ਕੀਤੀ ਹੈ ਮੈਂ ਤਕਰੀਬਨ ਬਚਪਨ ਤੋਂ ਹੀ ਇਸ ਦੇਖਦਾ ਆ ਰਿਹਾ ਕਿ ਮੇਰੇ ਘਰ ਦੇ ਵਿੱਚ ਨਾ ਸੇਵਾ ਦਾ ਇੱਕ ਬੀਜ ਬੋਇਆ ਉਹਨਾਂ ਨੇ ਉਹ ਬੀਜ ਬੋਇਆ ਜਿਹਨੂੰ ਅੱਜ ਮੈਨੂੰ ਮੇਰੇ ਅੰਦਰ ਉਹ ਬਣ ਕੇ ਨਾ ਪਲ ਰਿਹਾ ਤੁਹਾਡੇ ਅੰਦਰ ਹੀ ਸਿੱਖਾਂ ਦੇ ਅੰਦਰ ਡੀਐਨਏ ਹੈਗਾ ਡੀਐਨਏ ਆ ਜਾਗਾ ਹੈ ਕਿ ਸੇਵਾ ਕਿਤੇ ਬਿਨਾਂ ਰਹਿ ਨਹੀਂ ਸਕਦੇ ਇਸ ਕੋਰੋਨਾ ਵਾਇਰਸ ਐਪੀਡੈਮਿਕ ਦੇ ਅੰਦਰ ਵੀ ਜਿੰਨੇ ਸਿੱਖ ਬਾਹਰ ਆਏ ਨੇ ਇਹ ਹੈਡਸ ਆਫ ਦਮ ਬਟ ਸਟਿਲ ਇਹ ਗੱਲ ਆਉਂਦੀ ਹੈ ਜਦੋਂ ਗੱਲ ਅਸੀਂ ਕਰਦੇ ਹਾਂ ਗੁਰਦੁਆਰਾ ਮੈਨੇਜਰ ਕਮੇਟੀ ਦੇ ਇਲੈਕਸ਼ਨ ਆਉਂਦੇ ਨੇ ਸੇਵਾ ਦੇ ਨਾਲ ਨਾਲ ਤੁਸੀਂ ਸੇਵਾ ਨੂੰ ਸਿਆਸਤ ਉਹਦੇ ਸਾਹਮਣੇ ਪ੍ਰੈਜੈਂਟ ਕਰਦੇ ਅਤੇ ਇਹ ਗੱਲ ਬਹੁਤ ਚਲਦੀ ਵੀ ਆਉਂਦੀ ਹੈ ਜਿਵੇਂ ਤੁਹਾਡੇ ਇਲਜ਼ਾਮਬਾਜ਼ੀ ਆਉਂਦੀ ਹੈ ਕਿ ਸਿਰਸਾ ਸਾਹਿਬ ਸੇਵਾ ਲੱਖਾਂ ਲੰਗਰ ਨਹੀਂ ਲਾ ਰਹੇ ਸੇਵਾ ਨਹੀਂ ਕਰ ਰਹੇ ਸਿਆਸਤ ਕਰ ਰਹੇ ਨੇ ਵੀ ਉਹ ਡਿਸਾਈਡ ਕਰਨਾ ਪਏਗਾ ਕਿ ਉਹਨਾਂ ਨੇ ਜਾਣਾ ਕਿਹੜੇ ਪਾਸੇ ਧਾਰਮਿਕ ਰਾਜਨੀਤੀ ਕਰਨੀ ਹੈ ਜਾਂ ਦੇਸ਼ ਦੀ ਰਾਜਨੀਤੀ ਕਰਨੀ ਹੈ ਜੀ ਸਦਕੇ ਐਮਐਲਏ ਬਣਨਾ ਚਾਹੁੰਦੇ ਹੋ ਬਣੋ ਪੰਥ ਦੀ ਵੀ ਸੇਵਾ ਕਰੋ ਬਾਹਰ ਰਹਿ ਕੇ ਵੀ ਕਰ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਵੀ ਆ ਕੇ ਕਰਨਾ ਹੁਣ ਪ੍ਰੋਬਲਮ ਕੀ ਹੁੰਦੀ ਹੈ ਸਰ ਜਦ ਉਹਨਾਂ ਦੀ ਵੀਡੀਓ ਆਉਂਦੀ ਹੈ ਕਿ ਉਹ ਕਿਸੇ ਪੰਡਾਲ ਦੇ ਵਿੱਚ ਖੜੇ ਹੋ ਕੇ ਮੂਰਤੀ ਪੂਜਾ ਕਰ ਰਹੇ ਨੇ ਸਾਡੇ ਦੇ ਵਿੱਚ ਕਲੀਅਰ ਹੈਗਾ ਵੀ ਇਹ ਮੂਰਤੀ ਪੂਜਾ ਨਹੀਂ ਕਰਨੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਣਾ ਔਰ ਸਾਨੂੰ ਜਿਹੜੀ ਰਹਿਤ ਮਰਿਆਦਾ ਗੁਰੂ ਸਾਹਿਬ ਨੇ ਦੱਸੀ ਹੈ ਅਸੀਂ ਉਸੇ ਰੋਡ ਮੈਪ ਦੇ ਉੱਤੇ ਚੱਲਣਾ ਅਸੀਂ ਉਹ ਤੋਂ ਅੱਗੇ ਪਿੱਛੇ ਨਹੀਂ ਹੋ ਸਕਦੇ ਹਰਮੀਤ ਸਿੰਘ ਕਾਲਕਾ ਜੀ ਜਨਰਲ ਸੈਕਟਰੀ ਹੈਗੇ ਅਗਰ ਉਹਨਾਂ ਨੂੰ ਅਸੀਂ ਦੇਖਦੇ ਹਾਂ ਪੰਡਾਲ ਦੇ ਵਿੱਚ ਜਾ ਕੇ ਜਗਰਾਤੇ ਦੇ ਵਿੱਚ ਮੈਂ ਕਿਸੇ ਧਰਮ ਦੀ ਪਿੱਛੇ ਉਹ ਨਖੇਦੀ ਨਹੀਂ ਕਰ ਰਿਹਾ ਲੇਕਿਨ ਜਿਹੜੇ ਸਾਡੀ ਇੱਕ ਗੁਰੂ ਸਾਹਿਬ ਦੇ ਦਿਸ਼ਾ ਨਿਰਦੇਸ਼ ਨੇ ਜਾਂ ਜਿਹੜਾ ਰੋਡ ਮੈਪ ਹੈ ਅਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ ਸਰ ਹੁਣ ਗੱਲ ਇੱਥੇ ਸਮਝਣ ਵਾਲੀ ਹੈ ਹੁਣ ਇੱਕ 10 ਸਾਲ ਦਾ 11 ਸਾਲ ਦਾ ਬੱਚਾ ਉਹ ਬਾਲਿਕ ਹੁੰਦਾ 21 ਸਾਲ ਦੀ ਉਮਰ ਵਿੱਚ ਜਾ ਕੇ ਉਹ ਮੁੰਡਾ ਅਗਰ 20 ਸਾਲ 10 ਸਾਲ ਦੀ ਉਮਰ ਤੋਂ 21 ਸਾਲ ਦੀ ਉਮਰ ਤੱਕ 11 ਸਾਲਾਂ ਤੋਂ ਇਹ ਦੇਖ ਰਿਹਾ ਕਿ ਸਾਡਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸਾਡਾ ਜਨਰਲ ਸੈਕਟਰੀ ਧਾਰਮਿਕ ਉਹਨਾਂ ਦੇ ਜਾ ਕੇ ਪੂਜਾ ਵੀ ਕਰ ਰਿਹਾ ਗੁਰਦੁਆਰੇ ਦੇ ਵਿੱਚ ਹੁਣ ਇੱਕ ਨਵਾਂ ਟ੍ਰੈਂਡ ਇਹਨਾਂ ਨੇ ਚਲਾਤਾ ਕਿ ਕੱਟਣ ਦਾ ਕਰਤਾ ਹੁਣ ਪਿੱਛੇ ਸਿਰਸਾ ਸਾਹਿਬ ਦਾ ਮੈਂ ਦੇਖਿਆ ਸੀ ਨਰਸਿੰਗ ਕੋਈ ਡੇ ਮਨਾ ਰਹੇ ਸੀ ਉਹਦੇ 'ਚ ਗੁਰਦੁਆਰਾ ਕਮੇਟੀ ਦੇ ਉੱਥੇ ਆਪਣਾ ਇਤਿਹਾਸਿਕ ਸਥਾਨ ਦੇ ਉੱਤੇ ਗੁਰਦੁਆਰੇ ਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਉਹ ਮਨਾਵਾਂਗਾ ਬਾਅਦ ਹੀ ਸ਼ਾਇਦ ਮੇਰੇ ਘਰ ਕੈਂਸਲ ਕਰਤਾ ਲੇਕਿਨ ਹੁਣ ਗੱਲ ਇੱਕ ਆਉਂਦੀ ਕਿ ਤੁਸੀਂ ਅਗਰ ਇੱਕ ਬੱਚੇ ਨੂੰ 10 ਸਾਲ ਦੇ ਬੱਚੇ ਨੂੰ 21 ਸਾਲ ਦੀ ਉਮਰ ਤੱਕ ਯਾਨੀ 11 ਸਾਲ ਦਾ ਪੀਰੀਅਡ ਉਹ ਦੇਖਦਾ ਆਏਗਾ ਕਿ ਇਹ ਸਭ ਚੀਜ਼ਾਂ ਹੋ ਰਹੀਆਂ ਨੇ ਕੱਲ੍ਹ ਜਿਸ ਵੇਲੇ ਅਗਰ ਮੈਂ ਮੰਨ ਲਓ ਮੇਰਾ ਹੀ ਬੇਟਾ ਅਗਰ ਇਹ ਚੀਜ਼ ਮੈਂ ਕਹਿੰਦਾ ਵਾ ਮੈਂ ਕਹਾਂਗਾ ਬੇਟੇ ਦਿਸ ਇਜ਼ ਬੈਡ ਕਿਉਂਕਿ ਬਾਬਾ ਜੀ ਮੈਂ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਦ ਇਹ ਚੀਜ਼ ਕਰਦਾ ਤਾਂ ਫਿਰ ਤੁਸੀਂ ਕੌਣ ਆਉਂਦੇ ਹੋ ਮੈਨੂੰ ਟੋਕਣ ਵਾਲੇ ਮੈਂ ਐਜ਼ ਅ ਲੇਬੈਨ ਦੀ ਗੱਲ ਕਰ ਰਿਹਾ ਹੁਣ ਹੋਰ ਸਰ ਦੇਖੋ ਅਸੀਂ ਮੈਸੇਜ ਕੀ ਦੇ ਰਹੇ ਹਾਂ ਸਾਡਾ ਅੱਜ ਜੀਵਨ ਤਾਂ ਹੀ ਸਫਲ ਹੈ ਜੇ ਅਸੀਂ ਨਵੀਂ ਪਨੀਰੀ ਵਾਸਤੇ ਕੋਈ ਚੰਗਾ ਰੋਡ ਮੈਪ ਬਣਾ ਕੇ ਦੇਵਾਂਗੇ ਅਗਰ ਅਸੀਂ ਹੁਣ 10 ਸਾਲ ਦੇ 11 ਸਾਲ ਦੇ ਬੱਚੇ ਨੂੰ ਇਹ ਦਿਖਾ ਕੇ ਜਾਵਾਂਗੇ ਕਿ ਯਾਰ ਜਿਹੜੀ ਚੀਜ਼ ਸਾਡੇ ਗੁਰੂ ਸਾਹਿਬ ਨੇ ਮਨਾ ਕੀਤੀ ਲੇਕਿਨ ਅਸੀਂ ਉਹ ਵੈਸੇ ਕਰਾਂਗੇ ਤੇ ਮੈਂ ਸਮਝਦਾ ਕਿ ਇਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਔਰ ਜਨਰਲ ਸੈਕਟਰੀ ਨੂੰ ਇਹਨਾਂ ਚੀਜ਼ਾਂ ਤੋਂ ਕੁਰੇਜ ਆਪ ਅਗਰ ਧਰਮ ਦੀ ਸੇਵਾ ਕਰਨੀ ਹੈ ਉਹ ਬੱਚੇ ਦੀ ਗੱਲ ਕੀਤੀ ਹੈ ਸਕੂਲਾਂ ਵਿਆਹ ਲੱਗਦਾ ਗਿਰਦਾ ਜਾ ਰਿਹਾ ਟੀਚਰ ਨੂੰ ਸੈਲਰੀ ਨਹੀਂ ਮਿਲਦੀ ਪਈ ਉਹਦੇ ਉੱਤੇ ਸਿਆਸਤ ਨਹੀਂ ਹੁੰਦੀ ਹੋਣੀ ਚਾਹੀਦੀ ਸਰ ਦੇਖੋ ਮੈਂ ਇੱਕ ਛੋਟੀ ਜਿਹੀ ਗੱਲ ਕਹਾਂ ਪਹਿਲੀ ਗੱਲ ਤਾਂ ਸੀ ਕੀ ਹੈ ਕਿ ਜਦ ਤੋਂ ਮੈਂ ਆਪਣਾ ਹੋਸ਼ ਸੰਭਾਲਿਆ ਮੇਰੇ ਫਾਦਰ ਖੁਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 12-13 ਸਾਲ ਰਹੇ ਨੇ ਜੀ ਐਚ ਪੀ ਐਸ ਦੇ ਵਿੱਚ ਚੇਅਰਮੈਨ ਰਹੇ ਨੇ ਹੋਰ ਉਹਨਾਂ ਨੇ ਸੇਵਾ ਸੰਭਾਲ ਵੀ ਕੀਤੀ ਹੈ ਬੀ ਐਡ ਕਾਲਜ ਵੀ ਰਹੇ ਨੇ ਸਰ ਮੈਂ ਹਮੇਸ਼ਾ ਦੇਖਿਆ ਉਹਨਾਂ ਦੇ ਅੰਦਰ ਇੱਕ ਜਜ਼ਬਾ ਹੁੰਦਾ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਮ ਦੇ ਉੱਤੇ ਸਕੂਲ ਹੈਗੇ ਅੰਡਰ ਨੋ ਸਰਕਮਸਟਾਂਸਿਸ ਮੈਂ ਇਹੋ ਜਿਹੀ ਹਰਕਤ ਕਰਾਂਗਾ ਕਿ ਇਹ ਸਕੂਲਾਂ ਦਾ ਨਾਮ ਥੱਲੇ ਜਾਏ ਅੱਜ ਸਰ ਦੁੱਖ ਲੱਗਦਾ ਹੈ ਜਿਸ ਵੇਲੇ ਇੰਨੇ ਵੱਡੇ ਸਰ ਅੱਜ ਦਿੱਲੀ ਦੀ ਮੈਂ ਸਮਝਦਾ ਪੌਸ਼ ਕਲੋਨੀਆਂ ਦੇ ਵਿੱਚ ਸਾਡੇ ਸਕੂਲ ਹੈ
ਫਿਰ ਤੁਹਾਡਾ ਕੀ ਨਾਮ ਹੈ ਕਰੋਲ ਬਾਗ ਦੇ ਅੰਦਰ ਹੈਗਾ ਇੰਡੀਆ ਗੇਟ ਜਿੱਥੇ ਕਿਸੇ ਨੂੰ ਪ੍ਰੋਪਰਟੀ ਨਹੀਂ ਮਿਲਦੀ ਇੰਨਾ ਵੱਡਾ ਉੱਥੇ ਸਾਡਾ ਸਕੂਲ ਹੈ ਹੋਰ ਸਾਡੇ ਸਕੂਲ ਹੈਗੇ ਸਰ ਸਾਡੇ ਵਾਸਤੇ ਇੱਕ ਬੜੀ ਵੱਡੀ ਚੇਨ ਹੈ ਔਰ ਮੈਂ ਸਮਝਦਾ ਕਿ ਇੱਕ ਸਿਸਟਮੈਟਿਕ ਤਰੀਕੇ ਨਾਲ ਜਿਸ ਤਰ੍ਹਾਂ ਕਿ ਪਿਛਲੀ ਕਮੇਟੀ ਚਲਾਉਂਦੀ ਆ ਰਹੀ ਸੀ ਅਗਰ ਇਹੀ ਕੰਟੀਨਿਊ ਰੱਖਦੇ ਅੱਜ ਅਗਰ ਅਸੀਂ 123 ਕਰੋੜ ਛੱਡ ਕੇ ਆਏ ਸੀ ਮੈਂ ਸਮਝਦਾ ਅੱਜ ਉਸੇ ਨੂੰ ਕੈਰੀ ਔਨ ਕਰਕੇ 200-300 ਕਰੋੜ ਤੱਕ ਜਾ ਸਕਦਾ ਸੀ ਸਰ ਉਹਦੇ ਨਾਲ ਸਭ ਤੋਂ ਵੱਡਾ ਬੈਨੀਫਿਟ ਕੀ ਹੁੰਦਾ ਕਿ ਜਿਹੜਾ ਵੀ ਤੁਸੀਂ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਂਦੇ ਹੋ ਮਗਰ ਸਰ ਗੱਲ ਉਹੀ ਆ ਜਾਂਦੀ ਸਿਆਸਤ ਦੀ ਕਿ ਉਹ ਕਹਿੰਦੇ ਨੇ ਲਾਇਬਿਲਟੀਜ਼ ਵੀ ਤੇ ਬਥੇਰੀਆਂ ਸੀ ਦੇਖੋ ਸਰ ਇੱਕ ਛੋਟੀ ਜਿਹੀ ਗੱਲ ਹੈ ਉਸ ਵੇਲੇ ਲਾਇਬਿਲਟੀਜ਼ ਦੀ ਗੱਲ ਦੇ ਵਿੱਚ ਵੀ ਇਹੀ ਰੀਜ਼ਨ ਸੀਗਾ ਕਿ ਟੀਚਰਾਂ ਨਾਲ ਠੀਕ ਹੈ ਦੇਖੋ 6th ਪੇ ਕਮਿਸ਼ਨ ਆਇਆ ਸੀਗਾ ਟੀਚਰਾਂ ਨਾਲ ਥੋੜੀ ਜਿਹੀ ਦੇਰੀ ਹੋਈ ਸੀ ਪਰ ਉਸ ਤੋਂ ਬਾਅਦ ਜਿਸਲੇ ਟੀਚਰਸ ਨਾਲ ਸਾਡਾ ਕੰਪਰੋਮਾਈਜ਼ ਹੋ ਗਿਆ ਸੀ ਟੀਚਰਸ ਨੇ ਕਿਹਾ ਸੀ ਕਿ ਠੀਕ ਹੈ ਡੋਂਟ ਪੇ ਅਸ ਏਰੀਅਰਸ ਸਾਨੂੰ ਅੱਜ ਤੋਂ ਲਾਗੂ ਕਰ ਦਿਓ ਅਸੀਂ ਤੁਹਾਡੇ ਕੋਲ ਏਰੀਅਰਸ ਨਹੀਂ ਦੇਖੋ ਹਰ ਕਿਸੇ ਨੂੰ ਪਤਾ ਹੁੰਦਾ ਕਿ ਮੇਰਾ ਇਹ ਅਦਾਰਾ ਹੈਗਾ ਇਹਦੀ ਕਿੰਨੀ ਕੁ ਮਿਆਦ ਹੈਗੀ ਬਈ ਉਹ ਪੈਸਾ ਦੇ ਸਕਦਾ ਨਹੀਂ ਦੇ ਸਕਦਾ ਬਿਕੋਜ਼ ਹਰ ਕੋਈ ਚਾਹੇਗਾ ਕਿ ਮੇਰਾ ਫਿਊਚਰ ਸੇਫ ਰਹੇ ਠੀਕ ਹੈ ਅਗਰ ਆਪ ਤੁਹਾਨੂੰ ਏਰੀਆ ਨਹੀਂ ਮਿਲਦਾ ਕੰਪਰੋਮਾਈਜ਼ ਥੋੜ੍ਹਾ ਟੀਚਰ ਕਰੇਗੀ ਥੋੜ੍ਹਾ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਦਾਨ ਕਰੇਗਾ ਉਹ ਚੀਜ਼ ਕੰਪਰੋਮਾਈਜ਼ ਹੋ ਸਕਦੀ ਇਟ ਵਾਜ਼ ਵੈਰੀ ਕਲੀਅਰ ਸਰਨਾ ਸਾਹਿਬ ਨਾਲ ਮੇਰੇ ਖਿਆਲ ਨਵੰਬਰ ਦੇ ਵਿੱਚ ਅਕਤੂਬਰ ਦੀ ਗੱਲ ਵੀ ਮੈਂ ਇੱਕ ਆਈਡੀਆ ਦੇ ਰਿਹਾ ਕਿ ਅਸੀਂ ਫਰਵਰੀ 2013 ਤੋਂ ਲਾਗੂ ਕਰਾਂਗੇ ਇਨ ਬਿਟਵੀਨ ਇਲੈਕਸ਼ਨ ਡਿਕਲੇਅਰ ਹੋ ਗਈ ਅਸੀਂ ਉਹ ਚੀਜ਼ ਲਾਗੂ ਨਹੀਂ ਕਰ ਟੀਚਰਸ ਨੇ ਬਿਲਕੁਲ ਕਲੀਅਰ ਕਿਹਾ ਸਟਾਫ ਨੇ ਕਿਹਾ ਕਿ ਸਾਨੂੰ ਕੋਈ ਦਿੱਕਤ ਨਹੀਂ ਤੁਸੀਂ ਸਾਨੂੰ ਲਾਗੂ ਅਸੀਂ ਇਹ ਕਹਿ ਸੀ 1 ਫਰਵਰੀ ਤੋਂ ਅਸੀਂ ਲਾਗੂ ਕਰ ਦਾਂਗੇ ਹੁਣ ਇਲੈਕਸ਼ਨ ਆ ਗਈ ਕਮੇਟੀ ਚੇਂਜ ਹੋ ਗਈ ਨਵੀਂ ਕਮੇਟੀ ਜਦ ਆਈ ਉਹਨਾਂ ਨੇ ਉਹੀ ਚੀਜ਼ ਕੀਤੀ ਕਿ ਬਈ ਟੀਚਰ ਨੇ ਜਾ ਕੇ ਕਿਹਾ ਕਿ ਬਈ ਸਾਨੂੰ ਇਹ ਪੁਰਾਣੀ ਕਮੇਟੀ ਤੇ ਉਹਨਾਂ ਦਾ ਬਿਆਨ ਸੀ ਕਿ ਜਿਨ੍ਹਾਂ ਨੇ ਜਾ ਤੁਹਾਨੂੰ ਇਹ ਵਾਅਦਾ ਕੀਤਾ ਜਾ ਕੇ ਉਹਨਾਂ ਕੋਲ ਲੈ ਲਓ ਈਵਨ ਹਿੱਤ ਸਾਹਿਬ ਦੇ ਆਪਣੇ ਬਿਆਨ ਆਏ ਨੇ ਕਿ ਸਿੰਘੂਰ ਹੋਟਲ ਦੇ ਵਿੱਚ ਜਿਸ ਵੇਲੇ ਇਹਨਾਂ ਦੀ ਮੀਟਿੰਗ ਹੋਈ ਉਸ ਵੇਲੇ ਸਟਾਫ ਨੇ ਕਿਹਾ ਸੀ ਕਿ ਬਈ ਤੁਸੀਂ ਸਾਨੂੰ ਦਿਓ ਉਹਨਾਂ ਕਹਿੰਦੇ ਅਸੀਂ ਦੇਵਾਂਗੇ ਲੇਕਿਨ ਤੁਹਾਨੂੰ ਏਰੀਆ ਛੱਡਣਾ ਪਏਗਾ ਉਹਨਾਂ ਨੇ ਛੱਡਿਆ ਲੇਕਿਨ ਬਾਅਦ ਦੇ ਵਿੱਚ ਆ ਕੇ ਫਿਰ ਉਹੀ ਸਿਰਸਾ ਸਾਹਿਬ ਦਾ ਔਰ ਮਨਜੀਤ ਜੀ ਦਾ ਬਿਆਨ ਆ ਗਿਆ ਕਿ ਨਹੀਂ ਜੀ ਜਿਨ੍ਹਾਂ ਨੇ ਦਿੱਤੀ ਹੈ ਤੁਸੀਂ ਉਹਨਾਂ ਨੇ ਵਾਅਦਾ ਕੀਤਾ ਸੀ ਉਹਨਾਂ ਕੋਲ ਜਾ ਕੇ ਲੈ ਲਓ ਤੇ ਸਰ ਫਿਰ ਉਹ ਕੋਰਟ ਦੇ ਵਿੱਚ ਗਏ ਕੋਰਟ ਵਿੱਚ ਜਾ ਕੇ ਫਿਰ ਦੇਖੋ ਲੀਗਲ ਪ੍ਰੋਸੀਜਰ ਤੇ ਪ੍ਰੋਪਰ ਹਿਸਾਬ ਨਾਲ ਚੱਲੇਗਾ ਕੋਰਟ ਨੇ ਪ੍ਰੋਪਰ ਮਗਰ ਅੱਜ ਸਕੂਲਾਂ ਦੀ ਗੱਲ ਕਰ ਰਹੇ ਹੋ ਸੈਲਰੀਆਂ ਦੀ ਅੱਜ ਤੇ ਕਾਲਜ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ ਸਰ ਕਾਲਜ ਛੱਡੋ ਜੀ ਆਪਣੇ ਜਿਹੜੇ ਇੰਸਟੀਚਿਊਟਸ ਹੈਗੇ ਮੈਨੇਜਮੈਂਟ ਇੰਸਟੀਚਿਊਟ ਉਹਨਾਂ ਦਾ ਇੰਨਾ ਬੁਰਾ ਹਾਲ ਹੈ ਇਹਨਾਂ ਦੇ ਬਸੰਤ ਵਿਹਾਰ ਦੇ ਵਿੱਚ ਇੰਨਾ ਮਿਆਦ ਗਿਰਾਤ ਹੈ ਸਾਡੇ ਟਾਈਮ ਦੇ ਵਿੱਚ ਬੱਚਿਆਂ ਦੀ ਲਾਈਨ ਲੱਗੀ ਹੁੰਦੀ ਸੀ ਇਸ ਪਹਿਲੀ ਵਾਰ ਹਿਸਟਰੀ ਦੇ ਅੰਦਰ ਹੋ ਰਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਚੱਲਣ ਵਾਲੇ ਅਦਾਰਿਆਂ ਦਾ ਇਹ ਹਾਲ ਹੋ ਚੁੱਕਿਆ ਕਿ ਉਹ ਪੈਸੇ ਪੈਸੇ ਨੂੰ ਮੁਹਤਾਜ ਹੋ ਰਹੀ ਹੈ ਦਿੱਲੀ ਗੁਰਦੁਆਰਾ ਕਮੇਟੀ ਮੈਨੂੰ ਯਾਦ ਹੈ ਮਾਲਵੀਆ ਨਗਰ ਦੇ ਸਾਡੇ ਵਾਰਡ ਨੰਬਰ ਉਸ ਟਾਈਮ 10 ਹੁੰਦਾ ਸੀ ਉਸ ਟਾਈਮ ਦੇ ਵਿੱਚ ਸਾਡੇ ਛਤਰਪੁਰ ਐਕਸਟੈਂਸ਼ਨ ਦੇ ਵਿੱਚ ਗੁਰਦੁਆਰਾ ਬਣਨਾ ਸੀ ਸਰ ਉਹਦੇ ਵਿੱਚੋਂ ਕਿੰਨਾ ਪੈਸਾ ਸਰ ਇੱਥੋਂ ਲੈ ਕੇ ਡੈਡੀ ਨੇ ਉੱਧਰ ਦਿੱਤਾ ਸਾਡੀ ਅਸੀਂ ਸ਼ੇਖ ਸਰਾਏ ਫੇਸ 1 ਦੇ ਵਿੱਚ ਗੁਰਦੁਆਰਾ ਲਿਆ ਉਹਦੇ ਵਾਸਤੇ ਪੈਸਾ ਲੈ ਕੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਗੁਰਦੁਆਰਾ ਦਿੱਤਾ ਹੋਰ ਜਿਹੜੇ ਸਿੰਘ ਸਭਾ ਸਰ ਹੁੰਦਾ ਕੀ ਸੀ BSGMC ਵਾਜ਼ ਅ ਇੱਕ ਮੇਨ ਉਹ ਆਰਗਨਾਈਜੇਸ਼ਨ ਸੀ ਜਿਹੜੀ ਜਿੰਨੀਆਂ ਵੀ ਇਲਾਕੇ ਦੀਆਂ ਸਿੰਘ ਸਭਾਵਾਂ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਦੀ ਸੀ ਪਰ ਅੱਜ ਹਾਲਾਤ ਇਹ ਹੋ ਗਏ ਮੈਂ ਤਾਂ ਇੱਕ ਨਵੀਂ ਅੱਜ ਤੁਹਾਨੂੰ ਮੀਡੀਆ ਦੇ ਵਿੱਚ ਵੀ ਖਬਰ ਦੇ ਕੇ ਜਾ ਰਿਹਾ ਕਿ ਇਹਨਾਂ ਦਾ ਮਿਆਦ ਇਸ ਤਰ੍ਹਾਂ ਗਿਰ ਚੁੱਕਾ ਹੈ ਕਿ ਇਹ ਹੁਣ ਘਰ ਘਰ ਜਗ੍ਹਾ ਜਾ ਕੇ ਲੋਕਾਂ ਕੋਲੋਂ ਪੈਸੇ ਮੰਗ ਰਹੇ ਨੇ ਘਰ ਘਰ ਜਾ ਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਸਾਨੂੰ ਤੁਸੀਂ ਲੰਗਰ ਵਾਸਤੇ ਪੈਸੇ ਦਿਓ ਸਾਨੂੰ ਤੁਸੀਂ ਜੋ ਹੈ ਗੁਰਦੁਆਰਿਆਂ ਦੇ ਜਿਹੜੇ ਟੀਚਰ ਸਕੂਲ ਚੱਲ ਰਹੇ ਨੇ ਉਹਨਾਂ ਦੀ ਫੀਸਾਂ ਵਾਸਤੇ ਸਰ ਇਹ ਮਿਆਦ ਰਹਿ ਗਿਆ ਸਾਡਾ ਕਿ ਇਸ ਦਿਨ ਵਾਸਤੇ ਸਾਡੇ ਸਕੂਲ ਬਣ ਸਾਡੇ ਜਿਹੜੇ ਪੁਰਾਣੇ ਅਕਾਲੀ ਸਨ ਜਿਨ੍ਹਾਂ ਨੇ ਇਹ ਸਕੂਲ ਬਣਾਏ ਸੀ ਜਿਨ੍ਹਾਂ ਨੇ ਇਹ ਸਿਸਟਮ ਪੂਰਾ ਸਰ ਤੁਸੀਂ ਦੇਖੋ ਵਰ ਕਿੰਨਾ ਵੱਡਾ ਇਨਫਰਾਸਟ੍ਰਕਚਰ ਹੈ ਔਰ ਅੱਜ ਉਹਦਾ ਮਿਆਦ ਕਿੱਥੇ ਗਿਰਾ ਕੇ ਰੱਖਦੇ ਸਰ ਮੈਂ ਕਹਿੰਦਾ ਨਾ ਟੀਚਰਾਂ ਦੇ ਵਿੱਚ ਕੋਈ ਕਮੀ ਹੈ ਹਰ ਚੀਜ਼ ਉਸ ਸਾਡੀਆਂ ਟੀਚਰਾਂ ਸਰ ਇੰਨੀਆਂ ਅੱਛੀਆਂ ਨੇ ਔਰ ਸਾਡਾ ਸਟਾਫ ਇੰਨਾ ਅੱਛਾ ਹੈ ਕਿ ਅਗਰ ਤੁਸੀਂ ਉਹਨਾਂ ਨੂੰ ਕੰਪੇਅਰ ਕਰੋ ਦੂਜੇ ਸਕੂਲਾਂ ਨਾਲ ਉਹ 1000 ਟਾਈਮਸ ਬੈਟਰ ਹੈਗੇ ਲੇਕਿਨ ਸਾਡੀ ਜਿੱਥੇ ਪ੍ਰੋਬਲਮ ਆ ਰਹੀ ਹੈ ਦੈਟ ਇਜ਼ ਆਲ ਮਿਸਮੈਨੇਜਮੈਂਟ ਇਸ ਸਰਨਾ ਸਾਹਿਬ ਦਾ ਹੱਲ ਕੀ ਹੈਗਾ ਸਰ ਹੱਲ ਹੈਗਾ ਮੈਨੇਜਮੈਂਟ ਤੁਹਾਨੂੰ ਰੋਡ ਮੈਪ ਡਰਾ ਕਰਨਾ ਪਏਗਾ ਉਹਦੇ ਵਿੱਚ ਇੰਟਰਫੇਰੈਂਸ ਨਹੀਂ ਹੋਏਗੀ ਦੇਖੋ ਬੜਾ ਕਲੀਅਰ ਜਿਹਾ ਹੈਗਾ ਅਗਰ ਜਦ ਸਾਨੂੰ ਯਾਦ ਹੈ ਉਸ ਵੇਲੇ ਸਰਨਾ ਸਾਹਿਬ ਦੇ ਕੋਲੋਂ ਅਗਰ ਕੋਈ ਚੇਅਰਮੈਨ ਕੋਈ ਚੀਜ਼ ਕਹਿੰਦਾ ਸੀ ਨਾ ਪਹਿਲੇ ਉਹ ਕਹਿੰਦੇ ਸੀ ਮੈਨੂੰ ਇਹਦਾ ਰੋਡ ਮੈਪ ਦਿਖਾ ਤੁਹਾਡੇ ਮਨ ਦੇ ਵਿੱਚ ਉਹਦਾ ਇੱਕ ਪਲਾਨ ਦਿਖਾ ਕੀ ਹੈਗਾ ਤੇਰੇ ਦਿਮਾਗ ਦੇ ਅਗਰ ਉਸ ਪਲਾਨ ਤੋਂ ਸੈਟੀਸਫਾਈਡ ਹੁੰਦੇ ਸੀ ਉਸ ਤੋਂ ਬਾਅਦ ਉਹ ਕਹਿੰਦੇ ਸੀ ਕਰੋ ਦੇਖੋ ਪ੍ਰਧਾਨ ਦਾ ਕੰਮ ਹੈ ਕਿ ਸਕੂਲ ਸਮੂਥਲੀ ਚੱਲਣੇ ਚਾਹੀਦੇ ਨੇ ਲੇਕਿਨ ਉਹਨੂੰ ਡਿਸਾਈਡ ਕਰਕੇ ਉਹਨਾਂ ਰੋਡ ਮੈਪ ਦੇ ਉੱਤੇ ਕਨਵਿੰਸ ਵੀ ਤੇ ਹੋਏ ਅੱਜ ਸਿਰਸਾ ਸਾਹਿਬ ਨੂੰ ਇਹੀ ਨਹੀਂ ਫੁਰਸਤ ਮਿਲ ਰਹੀ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਕਦੀ ਕੰਬਲ ਵੰਡਾ ਰਹੇ ਹੋ ਕਦੀ ਆਪਣੇ ਇਲਾਕੇ 'ਚ ਕੁਛ ਸਰ ਮੈਂ ਉਹੀ ਤੁਹਾਨੂੰ ਪਹਿਲੇ ਹੁਣੇ ਜਿਹੜੀ ਗੱਲ ਕਲੀਅਰ ਕੀਤੀ ਕਿ ਦੋ ਪੈਰ ਕਿਸ਼ਤੀਆਂ ਦੇ ਪੈਰ ਰੱਖੋਗੇ ਡੁੱਬੋਗੇ ਇੱਕ 'ਚ ਆ ਜਾਓ ਨਾ ਤੁਸੀਂ ਜਾਂ ਤਾਂ MLA ਹੋ ਕੇ ਪਾਸੇ ਹੋ ਜਾਓ ਕਿਸੇ ਹੋਰ ਨੂੰ ਸੇਵਾ ਸਰ ਦੇਖੋ ਮੇਰੀ ਗੱਲ ਸੁਣੋ ਮੈਂ ਵਾਂ ਮੈਂ MLA ਵੀ ਬਣਾ ਮਗਰ ਸਰ ਗੱਲ ਦੱਸੋ ਸਿਰਸਾ ਸਾਹਿਬ ਦੇ ਜਿਹੜੇ ਰੋਡ ਮੈਪ ਕੈਲੀਗੋਰ ਕਹਿ ਲਓ ਉਹ MLA ਵੀ ਰਹੇ ਨੇ ਉਹ ਪ੍ਰਧਾਨ ਵੀ ਬਣ ਗਏ ਨੇ ਅੱਜ ਦੀ ਡੇਟ 'ਚ ਵੈਲੇ ਸਕੱਤਰ ਸੀ ਲਗਭਗ ਉਹ ਸੇਮ ਪੋਸਟ ਕਹਿ ਸਕਦੇ ਹੋ ਪ੍ਰਧਾਨ ਸਕੱਤਰ ਪਾਵਰ ਲਗਭਗ ਸੇਮ ਹੁੰਦੀ ਹੈ ਅਤੇ ਉਸ ਤੋਂ ਨਾਲ ਉਹ ਆਪਣਾ ਇੱਕ ਪਾਰਟੀ ਦੇ ਅੰਦਰ ਅਹੁਦਾ ਰੱਖਦੇ ਨੇ ਵੱਡਾ ਅਹੁਦਾ ਰੱਖਦੇ ਨੇ ਕਿਸੇ ਇੱਕ ਪੰਜਾਬ ਦੇ CM ਦੇ ਐਡਵਾਈਜ਼ਰ ਰਹੇ ਨੇ ਪੰਜ ਪੰਜ ਛੇ
ਸੰਗਤ ਬੇਵਕੂ ਸਰ ਉਹ ਤਾਂ 8 ਕਿਸ਼ਤੀਆਂ ਪੈਰ ਰੱਖ ਕੇ ਵੀ ਉਹਨਾਂ ਦਾ ਤਾਂ ਇਹ ਹੋ ਚੁੱਕਾ ਕਿ ਉਹਨਾਂ ਦੇ ਹੱਥ 2 ਕਿਸ਼ਤੀਆਂ ਨੇ ਪੈਰ ਦੂਜੇ ਕਿਸ਼ਤੀਆਂ ਨੇ ਤਾਂ ਉਹ ਤੇ ਪੂਰਾ ਸਰੀਰ ਹੀ ਫੈਲਾ ਹੋਇਆ ਤੇ ਉਹ ਤੇ ਮੈਂ ਸਮਝ ਰਿਹਾ ਕਿ ਕਿਸ਼ਤੀਆਂ ਦੇ ਉੱਤੇ ਚੱਲ ਰਹੇ ਨੇ ਆਪਣੇ ਉੱਤੇ ਨਹੀਂ ਚੱਲ ਰਹੇ ਜੇਕਰ ਕਿਸ਼ਤੀ ਥੋੜੀ ਜਿਹੀ ਵੀ ਲੈਫਟ ਰਾਈਟ ਉਹ ਤੇ ਸ਼ਾਇਦ ਡੁੱਬੇ ਸਰ ਦੇਖੋ ਪਲੈਨਿੰਗ ਹੈ ਬੜੇ ਕਲੀਅਰ ਜਿਹਾ ਸਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵਾਸ ਦ ਰਿਚੈਸਟ ਆਰਗੇਨਾਈਜੇਸ਼ਨ ਆਫ ਦਿੱਲੀ ਔਰ ਉਹਨਾਂ ਦੇ ਅਧੀਨ ਜੋ ਸਾਡੇ ਸਕੂਲ ਚੱਲ ਰਹੇ ਸਰ ਮੈਨੂੰ ਯਾਦ ਹੈ ਜਿਸ ਵੇਲੇ ਮੈਂ GHPS ਬਸੰਤ ਵਿਹਾਰ ਪੜ੍ਹਦਾ ਸੀ ਲਾਈਨਾਂ ਲੱਗ ਕੇ ਐਡਮਿਸ਼ਨਾਂ ਆਉਂਦੀਆਂ ਸਨ ਅੱਜ ਸਰ ਇਹ ਹਾਲ ਹੋ ਗਿਆ ਕਿ ਬੱਚਿਆਂ ਨੂੰ ਲੋਕੀ ਪਾ ਨਹੀਂ ਰਹੇ ਕਿਹਦੀ ਮਿਸਮੈਨੇਜਮੈਂਟ ਹੈਗੀ ਸਰ ਪਿਛਲੇ ਦੇਖੋ ਮੈਂ ਅਗਰ ਮੈਦਾਨੀ ਜੇ ਇਹ ਕਹਿੰਦਾ ਰਹਾਂ ਪਿਛਲਾ ਇਹ ਕਰ ਗਿਆ ਪਿਛਲਾ ਸਰ ਵਟ ਡੂ ਯੂ ਹੈਵ ਯੋਰ ਓਨ ਪਲਾਨ ਤੇ ਫਿਰ ਤੇਰੀ ਮੈਨੇਜਮੈਂਟ ਕੀ ਹੈ ਅਗਰ ਤੁਹਾਡੀ ਮੈਨੇਜਮੈਂਟ ਤੇ ਵੀ ਤੁਹਾਡੇ ਕੋਲ ਕੋਈ ਪਲਾਨਸ ਨਹੀਂ ਹੈਗੇ ਤੇ ਕਮੀ ਤੁਹਾਡੇ ਅੰਦਰ ਹੈ ਅਗਰ 7 ਸਾਲ ਅੱਜ ਵੀ ਤੁਸੀਂ 7 ਸਾਲ ਬਾਅਦ ਵੀ ਅਗਰ 7 ਸਾਲ ਪੁਰਾਣੇ ਨੂੰ ਟੋਕ ਰਹੇ ਹੋ ਤੇ ਇਹਦਾ ਮਤਲਬ ਤੁਸੀਂ ਕੀ ਕੀਤਾ 7 ਸਾਲ ਦੇ ਵਿੱਚ ਦੇਖੋ ਜੋ ਸਰਨਾ ਸਾਹਿਬ ਦੇ ਟਾਈਮ ਦੇ ਉੱਤੇ ਮੈਨੂੰ ਯਾਦ ਹੈ ਸਾਡੀ ਗੁਰਦੁਆਰਾ ਕਮੇਟੀ ਦੀ ਪੂਰੀ ਪਾਰਕਿੰਗ ਬਣੀ ਸਾਡਾ ਕਿਆ ਨਾਮ ਹੈ ਸਕੂਲ ਨਵੇਂ ਬਣੇ ਮੈਰੋਲੀ ਦੇ ਅੰਦਰ ਸਾਡਾ 500 ਗਜ ਦਾ ਤਕਰੀਬਨ ਅਸੀਂ ਪਲਾਟ ਲਿਆ 75 ਲੱਖ ਦਾ ਉਸ ਟਾਈਮ ਪਲਾਟ ਖਰੀਦਿਆ ਸਰ ਹੋਰ ਕਿੰਨੀਆਂ ਸਾਰੀਆਂ ਚੀਜ਼ਾਂ ਨੇ ਅੰਮ੍ਰਿਤਸਰ ਦੇ ਵਿੱਚ ਸਰਾਂ ਬਣੀ ਸਰ ਅਚੀਵਮੈਂਟਸ ਹੈ ਫਿਰ ਉਸ ਤੋਂ ਬਾਅਦ ਵੀ ਕੋਈ ਕਹਿੰਦਾ 102 ਛੱਡ ਕੇ ਗਏ ਕੋਈ ਕਹਿੰਦਾ 74 ਛੱਡ ਗਏ ਲੇਕਿਨ ਅਸੀਂ ਇਹ ਕਹਿੰਦੇ ਛੱਡ ਕੇ ਦੇ ਗਏ ਅੱਜ ਅਗਰ ਸਿਰਸਾ ਸਾਹਿਬ ਨੂੰ ਔਰ ਹਰਨੀ ਸਿੰਘ ਕਾਲਕਾ ਜੀ ਨੂੰ ਸੰਗਤ ਬਾਹਰ ਕਰ ਦੇ ਮੈਂ ਛੋਟਾ ਜਿਹਾ ਸਵਾਲ ਪੁੱਛਦਾ ਕੀ ਛੱਡ ਕੇ ਜਾਣਗੇ ਸਾਡੇ ਵਾਸਤੇ ਮੈਂ ਕਹਿੰਦਾ ਚਾਹੇ ਅਸੀਂ 1 ਰੁਪਏ ਅਸੀਂ ਛੱਡ ਕੇ ਤੇ ਗਏ ਇਹ ਤੇ ਲਾਇਬਿਲਿਟੀ ਸੀ ਇੰਨੇ ਵੱਡੇ ਅੰਬਾਰ ਸਾਡੇ ਵਾਸਤੇ ਛੱਡ ਕੇ ਜਾ ਰਹੇ ਨੇ ਜਿਹੜੀ ਮੇਰੇ ਸਮੇਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਕਈ ਸਾਲ ਲੱਗ ਜਾਣਗੇ ਉਹਨੂੰ ਸੰਭਾਲਣ ਵਾਸਤੇ ਉਹ ਕਹਿ ਰਹੇ ਨੇ ਇਹ ਤੋਂ ਵੱਧ ਕਰੋਨਾ ਆ ਗਿਆ ਤੇ ਸਾਰਾ ਕੰਮ ਸਾਂਭਤਾ ਸੀ ਅਸੀਂ ਸਰ ਨਹੀਂ 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 ਇੱਥੇ ਮੈਂ ਕਲੀਅਰ ਕਰਦਾ ਕਰੋਨਾ ਆ ਗਿਆ ਤੇ ਸਾਡੀ ਇੱਜ਼ਤ ਟੱਕੀ ਗਈ ਹੈ ਅੱਜ ਜੋ ਪੋਜੀਸ਼ਨ ਸੀ ਤੁਸੀਂ ਬਾਜਨ ਸਾਹਿਬ ਸਾਡੇ ਤੋਂ ਜ਼ਿਆਦਾ ਗਿਆਨ ਰੱਖਦੇ ਹੋ ਉਹ ਵੱਖਰੇ ਗੱਲ ਹੈ ਤੁਸੀਂ ਮੇਰਾ ਇੰਟਰਵਿਊ ਲੈ ਰਹੇ ਹੋ ਤਾਂ ਖਿਚਾਈ ਸਾਡੀ ਹੋਣੀ ਹੈ ਲੇਕਿਨ ਉਹਦੇ ਵਿੱਚ ਤੁਸੀਂ ਸਾਡੇ ਤੋਂ ਅੱਛਾ ਜਾਣਦੇ ਹੋ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਜਿਹੜਾ ਅੱਜ ਦੀ ਦੇਤੀ ਪੋਜੀਸ਼ਨ ਸੀ ਕਿ ਕਰੋਨਾ ਆਉਣ ਤੋਂ ਪਹਿਲੇ ਉਹਨਾਂ ਕੋਲ ਸਿਰਫ ਔਰ ਸਿਰਫ 10 ਲੱਖ ਰੁਪਏ ਰਹਿ ਗਏ ਸੀ ਮੰਦੇ 10 ਕਰੋੜ ਕੇ 10 ਲੱਖ 10 ਲੱਖ ਔਰ ਇਹ ਕਲੀਅਰ ਨਹੀਂ ਮਗਰ ਉਹਨਾਂ ਨੇ ਜਰਨਲ ਹੋ ਚੁੱਕੇ ਸਾਡੇ ਕੋਲ 10 ਕਰੋੜ ਹੈਗੇ ਸੀ ਸਰ ਕਹਿਣ ਨੂੰ ਕੁਝ ਵੀ ਕਹੇ ਲੇਕਿਨ ਜਿਹੜੇ ਸਾਡੇ ਕੋਲ ਖਬਰ ਆਈ ਸੀ ਕਿ 10 ਲੱਖ ਰੁਪਏ ਗੁਰਦੁਆਰਾ ਕਮੇਟੀ ਕੋਲ ਰਹਿ ਗਏ ਨੇ ਔਰ ਅੱਜ ਸਰ ਮਜੇ ਦੀ ਗੱਲ ਇੱਕ ਬੜੀ ਇੱਕ ਮਿੰਟ ਇੰਟਰਰਪਟਡ ਮੈਂ ਤੁਹਾਡੇ ਕੋਲ ਲੈਣਾ ਚਾਹਾਂਗਾ ਅੱਜ ਦੀ ਜੋ ਪੋਜੀਸ਼ਨ ਹੈ ਸਰ ਇਹਨਾਂ ਨੂੰ ਮੇਰੇ ਜੋ ਆਪਣੀ ਅਸੰਪਸ਼ਨ ਹੈਗੀ ਹੈ 20 ਤੋਂ 25 ਕਰੋੜ ਰੁਪਇਆ ਹੋ ਸਕਦਾ 30 ਕਰੋੜ ਵੀ ਆਇਆ ਹੋਏ ਕੋਈ ਵੱਡੀ ਗੱਲ ਨਹੀਂ ਲੋਕਾਂ ਨੇ ਖੁੱਲ ਕੇ ਦਾਨ ਦਿੱਤਾ ਖੁੱਲ ਕੇ ਲੰਗਰ ਦੇ ਨਾਮ ਦੇ ਉੱਤੇ ਦਿੱਤਾ ਈਵਨ ਇੱਕ ਦਿਨ ਦੇ ਅੰਦਰ $1,00,000 ਆਇਆ ਜਿਹੜਾ ਡਾਲਰ ਦਾ ਰੇਟ ਅੱਜ 75 ਰੁਪਏ ਹੈ $1,00,000 ਦਾ ਮਤਲਬ ਹੈ ਸਿੰਗਲ ਪਾਰਟੀ ਨੇ ਸਿੰਗਲ ਡੇ ਪੇਮੈਂਟ 75 ਲੱਖ ਰੁਪਏ ਕੀਤੀ ਹੈ ਹੁਣ ਮਜ਼ੇ ਦੀ ਗੱਲ ਇੱਥੇ ਸੁਣੋ ਸਰ ਇਹਨਾਂ ਨੇ ਮੁਹਿੰਮ ਛੇੜੀ ਪ੍ਰਸ਼ਾਦਿਆਂ ਦੀ ਸਾਰੀ ਦਿੱਲੀ ਦੇ ਵਿੱਚ ਅਨਾਊਂਸਮੈਂਟ ਕਰਤੀ ਕਿ ਪ੍ਰਸ਼ਾਦੇ ਭੇਜੋ ਜੀ ਸੰਗਤ ਦੇਖੋ ਸਿੱਖਾਂ ਦਾ ਵਿੱਚ ਗੁਰੂ ਨਾਨਕ ਸਾਹਿਬ ਨੇ ਉਹ ਇੱਕ ਜਜ਼ਬਾ ਭਰ ਦਿੱਤਾ ਕਿ ਸੇਵਾ ਦੇ ਨਾਮ ਦੇ ਉੱਤੇ ਤਾਂ ਆਪਣਾ ਘਰ ਬਾਰ ਲੁਟਾਉਣ ਨੂੰ ਤਿਆਰ ਹੋ ਜਾਂਦੇ ਨੇ ਇਹਨਾਂ ਨੇ ਪ੍ਰਸ਼ਾਦਿਆਂ ਦੀ ਗੱਲ ਕੀਤੀ ਹਰ ਘਰ ਦੇ ਵਿੱਚ ਮਗਰ ਮਾਲਵੇ ਨਗਰ ਦੀ ਵੀ ਗੱਲ ਕਰਾਂ ਮੇਰੀ ਸਾਰੀ ਉੱਥੇ ਮਾਲਵੇ ਨਗਰ ਦੀ ਸੰਗਤ ਹੋਰ ਜਿਹੜੇ ਵਾਰਡ ਨੰਬਰ 37 ਦੇ ਵਿੱਚ ਸੁਲਤਾਪੁਰ ਇਲਾਕਾ ਜਾਂ ਹੋਰ ਛਤਰਪੁਰ ਇਲਾਕਾ ਉਹ ਲੋਕਾਂ ਨੇ ਉੱਥੋਂ ਦੀ ਪ੍ਰਸ਼ਾਦੇ ਬੜਾ ਬੜਾ ਕੇ ਭੇਜਣੇ ਸ਼ੁਰੂ ਕੀਤੇ ਹੁਣ ਵੈਨ ਆਉਂਦੀ ਸੀ ਸਾਰੇ ਪ੍ਰਸ਼ਾਦੇ ਕਲੈਕਟ ਕਰਕੇ ਦਿੱਲੀ ਗੁਰਦੁਆਰਾ ਕਮੇਟੀ ਆ ਜਾਂਦੀ ਹੁਣ ਸਰ ਇੱਕ ਗੱਲ ਸਮਝਣਾ ਉੱਥੇ ਦਾ ਜਿਹੜਾ ਮੌਜੂਦਾ ਮੈਂਬਰ ਹਨ ਉਹਨਾਂ ਕੋਲੋਂ 200-300-400 ਬੰਦਿਆਂ ਦਾ ਰਾਸ਼ਨ ਆਉਂਦਾ ਜਿਹਦੇ ਵਿੱਚ ਪ੍ਰਸ਼ਾਦੇ ਔਰ ਸਬਜ਼ੀ ਆਉਂਦੀ ਹੈ ਜਾਂ ਪ੍ਰਸ਼ਾਦੇ ਦਾਲ ਆਉਂਦੇ ਉਹ ਫਿਰ ਉਹ ਆਪਣੇ ਇਲਾਕੇ ਦੇ ਵਿੱਚ ਆਪਣੇ ਹਿਸਾਬ ਨਾਲ ਵੰਡ ਦਿੰਦੇ ਨੇ ਸਰ ਗੱਲ ਦੇਖੋ ਅਗਰ ਮੰਨ ਲਓ ਮੈਂ ਇੱਕ ਐਗਜ਼ਾਮਪਲ ਦੇ ਰਿਹਾ 8,000 ਪ੍ਰਸ਼ਾਦਾ ਗਿਆ ਜਾਂ ਚਲੋ 5,000 ਪ੍ਰਸ਼ਾਦਾ ਗਿਆ ਅਗਰ 5,000 ਪ੍ਰਸ਼ਾਦਾ ਜਾਂਦਾ ਹੈ 400 ਬੰਦੇ ਦਾ ਵਾਪਸ ਆ ਰਿਹਾ ਤੇ ਇਹਦਾ ਮਤਲਬ ਅਗਰ ਇੱਕ ਬੰਦੇ ਦੇ ਅਸੀਂ 3 ਪ੍ਰਸ਼ਾਦੇ ਵੀ ਲਗਾਈਏ ਤੇ 1200 ਪ੍ਰਸ਼ਾਦਾ ਆ ਗਿਆ ਸਰ 1200 ਪ੍ਰਸ਼ਾਦਾ ਜਦ ਆਉਂਦਾ ਤਾਂ 3800 ਪ੍ਰਸ਼ਾਦਾ ਗੁਰਦੁਆਰਾ ਕਮੇਟੀ ਚਲਾ ਗਿਆ ਐਕਸੈਸ ਹੁਣ ਅਗਰ ਤੁਸੀਂ ਇਹਨੂੰ 46 ਨਾਲ ਮਲਟੀਪਲਾਈ ਕਰੋ ਸਰ ਕਿੰਨਾ ਪ੍ਰਸ਼ਾਦਾ ਹੋ ਗਿਆ ਦੂਜੀ ਗੱਲ ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਵੀ ਲੰਗਰ ਬਣ ਰਿਹਾ ਉਹ ਲੰਗਰ ਦੇ ਪ੍ਰਸ਼ਾਦੇ ਵੀ ਹੋ ਗਏ ਪ੍ਰਸ਼ਾਦਿਆਂ ਦੀ ਤੁਸੀਂ ਜਸਟ ਇਮੈਜਿਨ ਕਰੋ ਪ੍ਰਸ਼ਾਦੇ ਕਿੱਥੇ ਜਾ ਰਹੇ ਨੇ ਕਿੰਨੀ ਅਮਾਊਂਟ ਇਸ ਪ੍ਰਸ਼ਾਦੇ ਹੋ ਗਏ ਰਿਟਰਨ ਦੇ ਵਿੱਚ ਕਿੱਥੇ ਆ ਰਹੇ ਫਿਰ ਉਸ ਤੋਂ ਬਾਅਦ ਕਰੋੜਾਂ ਰੁਪਇਆ ਉੱਥੇ ਵੀ ਦਾਨ ਆ ਰਿਹਾ ਅੱਜ ਜਿਹੜੀ ਇਹਨਾਂ ਨੇ ਨਵੀਂ ਸਕੀਮ ਸ਼ੁਰੂ ਕਰਤੀ ਹੈ ਸੰਗਤ ਕੋਲੋਂ ਜਾ ਜਾ ਕੇ ਘਰੋ ਘਰੀ ਪੈਸੇ ਮੈਂਬਰ ਮੰਗਣ ਲੱਗ ਗਏ ਨੇ ਕਿ ਤੁਸੀਂ ਪੈਸਾ ਦਿਓ ਸਾਨੂੰ ਲੰਗਰ ਵਾਸਤੇ ਚਾਹੀਦਾ ਸਾਨੂੰ ਸਟਾਫ ਵਾਸਤੇ ਚਾਹੀਦਾ ਸਰ ਕੈਨ ਯੂ ਇਮੈਜਿਨ ਇਹ ਪੈਸਾ ਜਾ ਕਿੱਥੇ ਰਿਹਾ ਸਰ ਸੰਗਤ ਕੋਲੋਂ ਵੀ ਪੈਸਾ ਆ ਰਿਹਾ ਸੰਗਤ ਕੋਲੋਂ ਪ੍ਰਸ਼ਾਦਾ ਵੀ ਆ ਰਿਹਾ ਤੁਹਾਡੇ ਕੋਲ ਲੰਗਰ ਦੇ ਨਾਮ ਤੇ ਆ ਰਿਹਾ ਤੁਸੀਂ ਵੀਡੀਓ ਬਣਾ ਬਣਾ ਕੇ ਲੰਗਰ ਹੀ ਪਾਈ ਮਗਰ ਡਿਸਰਵੇਸ਼ਨ ਦੀ ਸਰ ਮੈਂ ਅਗਰ ਮੈਂ ਇਹਨਾਂ ਦੀ ਜਗ੍ਹਾ ਹੁੰਦਾ ਸਰ ਬੁਰਾ ਨਹੀਂ ਮੰਨਣਾ ਅੱਜ ਅਗਰ ਮਨਜਿੰਦਰ ਸਿੰਘ ਸਿਰਸਾ ਇਹ ਗੱਲ ਕਹਿੰਦੇ ਨੇ ਕਿ ਮਨਜੀਤ ਜੀ ਕੇ ਖਰਾਬ ਕਰ ਗਿਆ ਮੈਂ ਸਰ ਬੁਰਾ ਨਹੀਂ ਮੰਨਣਾ 2013 ਤੋਂ ਮਨਜੀਤ ਜੀ ਕੇ ਅੱਜ 2 ਸਾਲ ਹੋ ਗਏ ਤਕਰੀਬਨ ਬਾਹਰ ਹੈਗੇ ਮਨਜਿੰਦਰ ਸਿੰਘ ਸਿਰਸਾ 2013 ਤੋਂ ਰੈਗੂਲਰ ਹੈਗੇ ਔਰ ਸਭ ਨੂੰ ਪਤਾ ਹੈ ਕਿ ਬਾਦਲ ਸਾਹਿਬ ਦੇ ਖਾਸ ਪਿਆਦੇ ਹੈਗੇ ਔਰ ਬਾਦਲ ਸਾਹਿਬ ਨੇ ਜੋ ਆਦੇਸ਼ ਕਰਤਾ ਔਰ ਉਹਨਾਂ ਔਰ ਉਹਦਾ ਸਭ ਤੋਂ ਵੱਡਾ ਸਬੂਤ ਹੈ ਕਿ ਪਹਿਲੇ ਜਨਰਲ ਸੈਕਟਰੀ ਹੁਣ ਪ੍ਰਧਾਨ ਦੀ ਸੇਵਾ ਮਨਜਿੰਦਰ ਸਿੰਘ ਸਿਰਸਾ ਕੋਲ ਹੈ ਸਰ ਸਾਰੀ ਦਿੱਲੀ ਜਾਣਦੀ ਹੈ ਤੁਸੀਂ ਇਸ ਗੱਲ ਨੂੰ ਮੇਰੇ ਤੋਂ ਅੱਛਾ ਜਾਣਦੇ ਹੋ ਅਗਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਆਪਣੀ ਆਈ ਤੇ ਆ ਜਾਏ ਪ੍ਰਧਾਨ ਨੂੰ 54 ਦਾ ਗਲਤ ਕੰਮ ਨਹੀਂ ਕਰਨ ਦੇ ਸਕਦਾ ਅਗਰ ਸਰ ਉਹ ਕਹਿੰਦੇ
ਅਗਰ ਦੇਖੋ ਅੱਜ ਕੁਝ ਗਲਤ ਹੋ ਰਿਹਾ ਮੈਂ ਦੈਨ ਐਂਡ ਦੇਰ ਯੂ ਸ਼ੁਡ ਸਟਾਪ ਇਟ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਗੁਰਦੁਆਰਾ ਕਮੇਟੀ ਦੇ ਵਿੱਚ ਤੁਸੀਂ ਸਿਰਫ ਇੱਕ ਪ੍ਰਧਾਨ ਹੋ ਜਿਹਨੂੰ ਸੰਗਤ ਨੇ ਚੁਣ ਕੇ ਭੇਜਿਆ ਤੁਹਾਨੂੰ ਤੁਸੀਂ ਉੱਥੇ ਜਾ ਕੇ ਉਸ ਚੀਜ਼ ਨੂੰ ਸੰਭਾਲ ਕਰ ਰਹੇ ਹੋ ਤੁਹਾਨੂੰ ਕਿਸੇ ਨੇ ਇਹ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੱਤਾ ਕਿ ਤੁਸੀਂ ਕਿਸੇ ਆਪਣੀ ਦੁਸ਼ਮਣੀ ਕੱਢਣ ਵਾਸਤੇ ਕਿਸੇ ਬੰਦੇ ਦੇ ਉੱਤੇ ਕਿ ਤੁਸੀਂ ਇਹ ਪੈਸਾ ਕੱਟ ਪਹਿਲਾਂ ਅਗਰ ਉਹ ਖਾ ਰਿਹਾ ਤਾਂ ਤੁਸੀਂ ਕਿਉਂ ਨਹੀਂ ਆਵਾਜ਼ ਚੁੱਕੀ ਜਦ 2013 ਤੋਂ ਲੈ ਕੇ ਤੁਸੀਂ ਤਾਂ 18 ਦੇ ਵੀ ਸ਼ੋਰ ਮਚਾਇਆ ਤਾਂ ਇਹਦਾ ਮਤਲਬ 5 ਸਾਲ ਤੋਂ ਸੁੱਤੇ ਪਏ ਸੀ ਸਰ ਅਗਰ ਮਨਜੀਤ ਸਿੰਘ ਜੀ ਕੇ ਇਨਵੋਲਵਡ ਹੈ ਅਗਰ ਉਹਨਾਂ ਦੇ ਉੱਤੇ ਐਲੀਗੇਸ਼ਨ ਹੈ ਤਾਂ ਆਈ ਐਮ ਸੌਰੀ ਟੂ ਸੇ ਮਨਜਿੰਦਰ ਸਿੰਘ ਸਿਰਸਾ ਜੀ ਵੀ ਇਕੁਅਲੀ ਇਨਵੋਲਵਡ ਹੈਗੇ ਕਿਉਂਕਿ ਉਹਨਾਂ ਨੇ ਆਵਾਜ਼ ਨਹੀਂ ਚੁੱਕੀ ਸਾਇਲੈਂਟ ਰਹਿਣਾ ਵੀ ਜਿੱਥੇ ਚੋਰ ਅਗਰ ਗੁਨਾਹਗਾਰ ਹੈ ਤਾਂ ਚੋਰ ਮੇਰੀ ਇੱਕ ਸੋਚ ਹੈਗੀ ਸੀ ਕਿ ਗੁਰਦੁਆਰਾ ਕਮੇਟੀ ਦਾ ਸਿੱਖਾਂ ਦਾ ਡੀਐਨਏ ਹੈਗਾ ਲੰਗਰ ਚਲਾਉਣ ਦਾ ਆਲਰੇਡੀ ਸਿੱਖਾਂ ਬਹੁਤ ਜ਼ਿਆਦਾ ਸੇਵਾ ਕਰ ਰਹੇ ਨੇ ਅਤੇ ਜੇ ਕਹਿ ਸਕਦਾ ਪੰਜ ਰੀਜਨ ਹੈਗੇ ਅੰਦਰ ਟੋਪ 5 ਦੇ ਅੰਦਰ ਆਉਂਦੀ ਰਿਚਸ ਕੌਮ ਦੇ ਅੰਦਰ ਆਉਂਦੀ ਹੈ ਬਿਲਕੁਲ ਆਉਂਦੀ ਸੇਵਾ ਅੱਤ ਕਰਦੀ ਹੈ ਬਿਲਕੁਲ ਮਗਰ ਜਿਹੜੀ ਗੁਰਦੁਆਰਾ ਕਮੇਟੀ ਵੀ ਇਹ ਲੰਗਰ ਚਲਾ ਰਹੀ ਸੀ ਕਿ ਲੰਗਰ ਚਲਾ ਰਹੇ ਕਿ ਲੱਗਦਾ ਗੁਰਦੁਆਰਾ ਕਮੇਟੀ ਨੂੰ ਲੰਗਰ ਚਲਾਉਣ ਦੀ ਥਾਂ ਬਰਾਬਰ ਬਰਾਬਰ ਹੋਸਪਿਟਲ ਸਕੂਲ ਕਾਲਜ ਸੀ ਪ੍ਰੋਪਰ ਤਰੀਕੇ ਚਲਾ ਲੈਣੇ ਚਾਹੀਦੇ ਸੀ ਸਰ ਇਸ ਟੌਪਿਕ ਤੇ ਗੱਲ ਕਰਾਂਗੇ ਅਸੀਂ ਨੈਕਸਟ ਐਪੀਸੋਡ ਦੇ ਅੰਦਰ ਕਰਾਂਗੇ ਔਰ ਮੈਂ ਸਰ ਆਈ ਵਿਲ ਫੀਲ ਮਾਜਨ ਸਾਹਿਬ ਆਈ ਵਿਲ ਫੀਲ ਪ੍ਰਾਊਡ ਅਗਰ ਤੁਸੀਂ ਮੈਨੂੰ ਬੁਲਾ ਕੇ ਇਸ ਡਿਸਕਸ਼ਨ ਦਿਓਗੇ ਮੈਂ ਚਾਹੁੰਦਾ ਹਾਂ ਕਿ ਸੰਗਤ ਦੇ ਕੋਲ ਬਾਲਾ ਸਾਹਿਬ ਹਸਪੀਟਲ ਦਾ ਸੰਗਤ ਦੇ ਸਾਹਮਣੇ ਬੰਗਲਾ ਸਾਹਿਬ ਦੀ ਪਾਰਕਿੰਗ ਦਾ ਇਹ ਦੋਨੋਂ ਮੁੱਦੇ ਜਿਹੜੇ ਨੇ ਮੈਂ ਪਰਸਨਲੀ ਕਹਿੰਦਾ ਵਾਂ ਕਿ ਇਹ ਸੰਗਤ ਦੇ ਸਾਹਮਣੇ ਆਉਣੇ ਚਾਹੀਦੇ ਨੇ ਐਂਡ ਆਈ ਅਸ਼ੋਰ ਯੂ ਕਿ ਦੋਨੋਂ ਮੁੱਦਿਆਂ ਦੇ ਉੱਤੇ ਮੇਰੀ ਗੱਲ ਸੁਣਨ ਤੋਂ ਬਾਅਦ ਸੰਗਤ ਵਿਸ਼ਵਾਸ ਕਰੇਗੀ ਕਿ ਪਰਮਜੀਤ ਸਿੰਘ ਸਰਨਾ ਨੇ ਕੋਈ ਗਲਤੀ ਨਹੀਂ ਕੀਤੀ ਸੀ ਇਹਦੇ ਅੰਦਰ ਉਹਨਾਂ ਦਾ ਜਿਹੜਾ ਰੋਡਮੈਪ ਸੀ ਜਿਹੜੀ ਸੀ ਉਹ ਬਿਲਕੁਲ ਪਰਫੈਕਟ ਸੀ ਤੁਹਾਨੂੰ ਨੈਕਸਟ ਟੌਪਿਕ ਦੇ ਉੱਤੇ ਕਿਸੇ ਨਵੀਂ ਸ਼ਖਸੀਅਤ ਜਾਂ ਸ਼ਾਇਦ ਇਹਨਾਂ ਨੂੰ ਦੁਆਰਾ ਬੁਲਾ ਲਈ ਜਿਵੇਂ ਰਿਕੁਐਸਟ ਕਰਨ ਸਾਡੇ ਨਾਲ ਆਪਣੇ ਸਵਾਲ ਜਰੂਰ ਲਿਖਿਓ ਕਮੈਂਟਾਂ ਦੇ ਅੰਦਰ ਅਸੀਂ ਉਹੀ ਸਵਾਲ ਚੱਕਾਂਗੇ ਤੇ ਪੁੱਛਾਂਗੇ ਇਹਨਾਂ ਤੋਂ ਕਿ ਇਹਨਾਂ ਦੀ ਕੀ ਗਲਤੀਆਂ ਅਸੀਂ ਤੇ ਨਵੀਂ ਕਮੇਟੀ ਦੀ ਕੀ ਗਲਤੀਆਂ ਹੈਗੀਆਂ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।